जीरकपुर में पुलिस को नशा तस्करों को गिरफ्तार करने में बड़ी सफलता हाथ लगी है। पुलिस की टीम ने नाकेबंदी के दौरान 10 क्विंटल से अधिक गांजा बरामद किया। इसके साथ ही पुलिस ने गांजे के साथ 2 नशा तस्करों को भी गिरफ्तार किया है। स्वतंत्रता दिवस के मौके पर पुलिस की ओर से जगह जगह पर नाकेबंदी कर सुरक्षा व्यवस्था खड़ी कर दी गई है। इसी दौरान पुलिस ने कार्रवाई करते हुए एक टेम्पो से नशे की भारी खेप बरामद की। वहीं पुलिस ने इस मामले में जानकारी देते हुए बताया कि स्वतंत्रता दिवस के मौके पर सुरक्षा व्यवस्था को ध्यान में रखते हुए जिला मोहाली में नशीले पदार्थों और नशा तस्करों को फैलने से रोकने के निर्देश जारी किए गए हैं और इसी के तहत कार्रवाई की गई है। कल ਜੀਰਕਪੁਰ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀਗੀ ਜੀਰਕਪੁਰ ਏਰੀਏ 'ਚ ਰੂਟੀਨ ਦੀ ਨਸ਼ਿਆਂ ਦੇ ਖਿਲਾਫ ਸਾਡੀ ਇੱਕ ਮੁਹਿੰਮ ਚੱਲ ਰਹੀ ਹੈ ਸਪੈਸ਼ਲ ਡਰਾਈਵ ਚੱਲ ਰਹੀ ਮਾਣਯੋਗ ਡੀ ਜੀ ਪੀ ਸਾਹਿਬ ਅਤੇ ਐਸ ਐਸ ਪੀ ਸਾਹਿਬ ਦੇ ਉੱਤੇ ਉਹਦੇ ਤਹਿਤ ਨਾਕਾਬੰਦੀ ਕੀਤੀ ਗਈ ਜਿਸ ਦੌਰਾਨ ਸਾਨੂੰ ਸਾਡੀ ਕੁਛ ਸ਼ੱਕ ਦੇ ਆਧਾਰ 'ਤੇ ਅਸੀਂ ਇੱਕ ਟੈਂਪੂ ਨੂੰ ਜਦੋਂ ਰੋਕ ਕੇ ਤਲਾਸ਼ੀ ਲਈ ਤਾਂ ਉਹਦੇ ਵਿੱਚੋਂ ਇੱਕ ਬਹੁਤ ਵੱਡੀ ਕੰਸਾਈਨਮੈਂਟ ਗਾਂਜੇ ਦੀ ਸਾਨੂੰ ਬਰਾਮਦ ਹੋਈ ਹੈ ਜਿਹੜੀ ਕਿ ਕੁੱਲ ਵਜ਼ਨ ਜਿਹਦਾ 10 ਕੁਇੰਟਲ 35 ਕਿਲੋ ਦੇ ਲਗਭਗ ਸਾਨੂੰ ਬਰਾਮਦ ਹੋਇਆ ਜਿਸ ਦੀ ਕਿ ਬਾਜ਼ਾਰ ਦੀ ਕੀਮਤ ਲਗਭਗ 3,10,00,000 ਅਤੇ 50,000 ਰੁਪਏ ਹੈ ਅਤੇ ਇਸ ਦੇ ਵਿੱਚ 2 ਦੋਸ਼ੀ ਅਸੀਂ ਮੌਕੇ ਤੋਂ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦਾ ਨਾਮ ਸੂਰਜ ਕੁਮਾਰ ਹੈ ਅਤੇ ਜਵਾਹਰ ਲਾਲ ਹੈ ਜਿਹੜੇ ਕਿ ਯੂਪੀ ਦੇ ਰਹਿਣ ਵਾਲੇ ਹੈ ਸੂਰਜ ਕੁਮਾਰ ਯੂਪੀ ਦਾ ਰਹਿਣ ਵਾਲਾ ਹੈ ਜਵਾਹਰ ਲਾਲ ਜਿਹੜਾ ਹੈ ਉਹ ਸਮਸਤੀਪੁਰ ਜ਼ਿਲ੍ਹਾ ਹੈ ਬਿਹਾਰ 'ਚ ਫਿਲਹਾਲ ਇਹ ਲੁਧਿਆਣੇ ਦਾ ਰਹਿਣ ਵਾਲਾ ਅਤੇ ਇਹ ਦੋਨਾਂ ਨੂੰ ਅਸੀਂ ਮੌਕੇ ਤੋਂ ਅਰੈਸਟ ਕੀਤਾ ਹੈ ਅਸੀਂ 4 ਬੰਦੇ ਹੋਰ ਆਈਡੈਂਟੀਫਾਈ ਕੀਤੇ ਨੇ ਜਿਹੜੇ ਇਸ ਕੰਮ 'ਚ ਇਹਨਾਂ ਦੇ ਨਾਲ ਜਿਹੜੇ ਸਾਥੀ ਸਹਿਯੋਗੀ ਨੇ ਉਹਨਾਂ ਦੀ ਵੀ ਅਸੀਂ ਭਾਲ ਕਰ ਰਹੇ ਪਲੱਸ ਇਹਦੀ ਫਾਰਵਰਡ ਲਿੰਕੇਜ ਬੈਕਵਰਡ ਲਿੰਕੇਜ ਇਹ ਕਿੱਥੋਂ ਲੈ ਕੇ ਆਏ ਅਤੇ ਕਿੱਥੇ ਵਿੱਚ ਨਹੀਂ ਬਹੁਤ ਸਾਰੀ ਜਿਹੜੀ ਚੇਨ ਹੈ ਉਹਨੂੰ ਆਈਡੈਂਟੀਫਾਈ ਕਰਕੇ ਉਹ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਜੀ ਕਿਉਂਕਿ ਕੱਲ੍ਹ ਅਰੈਸਟ ਕੀਤੇ ਹੈ ਸਾਡੇ ਪੁਲਿਸ ਸਟੇਸ਼ਨ 'ਚ ਇਹਨਾਂ ਦੇ ਖਿਲਾਫ਼ ਕੋਈ ਐੱਫ ਆਈ ਆਰ ਨਹੀਂ ਹੈਗੀ ਲਗਭਗ 1 ਸਾਲ ਤੋਂ ਤਾਂ ਸਾਡੇ ਧਿਆਨ 'ਚ ਆਇਆ ਕਿ ਕਰ ਹੀ ਰਹੇ ਸੀ ਜੋ ਹੁਣ ਤੱਕ ਸਾਡੇ ਇਹਨਾਂ ਦੀ ਪੁੱਛਤਾਛ ਤੋਂ ਜੋ ਸਾਨੂੰ ਪਤਾ ਲੱਗਿਆ ਕਿ ਇਹ ਇੱਕ ਜਸਟ ਇੱਕ ਰੂਟ ਦੇ ਤੌਰ ਤੇ ਵਰਤਿਆ ਜਾਂਦਾ ਸੀ ਬਾਕੀ ਡੋਪ ਟੈਸਟ ਵਗੈਰਾ ਕਰਾ ਲਾਂਗੇ ਇਹਨਾਂ ਦਾ ਵੀ ਕਿ ਨਸ਼ਾ ਕਰਦੇ ਜਾਂ ਨਹੀਂ ਕਰਦੇ जांच के दौरान मुख्य अधिकारी जीरकपुर थाना निरीक्षक ओंकार सिंह बरार के नेतृत्व में पुलिस टीम ने नाकेबंदी कर तलाशी अभियान चलाया था। इसी दौरान पुलिस की ओर से ये कार्रवाई की गई है। फिलहाल पुलिस अब मामले में जांच कर रही है। पंजाब केसरी टीवी के लिए कुलदीप कुमार की रिपोर्ट।